ਦੋਸਤੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਨਮਸਕਾਰ ਆਦਾ ਦੋਸਤੋ ਅੱਜ ਮੈਂ ਮਈ ਦਿਵਸ ਦੇ ਮੌਕੇ ਤੇ ਮਜ਼ਦੂਰ ਦਿਵਸ ਤੇ ਤੁਹਾਡੇ ਨਾਲ ਆਪਣੇ ਵਿਚਾਰ ਸਾਂਝੇ ਕਰ ਰਿਹਾ ਸਭ ਤੋਂ ਪਹਿਲਾਂ ਮੈਂ ਸ਼ਿਕਾਗੋ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਅਰਪਿਤ ਕਰਾਂਗਾ ਜਿਨ੍ਹਾਂ ਨੇ ਮਜ਼ਦੂਰਾਂ ਵਾਸਤੇ ਜਦੋਂ ਜਹਿਦ ਦੌਰਾਨ ਆਪਣੀਆਂ ਜਾਨਾਂ ਵਾਰੀਆਂ ਪਰ ਮੈਂ ਸਾਰਿਆਂ ਨੂੰ ਮਜ਼ਦੂਰ ਦਿਵਸ ਦੀ ਵਧਾਈ ਦੇ ਗਿਆ ਦੋਸਤੋ ਬੁਨਿਆਦ ਜਿਹੜੀ ਹੈ ਸੰਸਾਰ ਦੀ ਉਹ ਮਜ਼ਦੂਰ ਦੇ ਸਿਰ ਦੇ ਉੱਤੇ ਉਹਨਾਂ ਦੇ ਮੋਢਿਆਂ ਦੇ ਉੱਤੇ ਸਕਦੀ ਹੈ ਚਾਹੇ ਕੋਈ ਰੇਲਵੇ ਲਾਈਨਾਂ ਹੋਣ ਚਾਹੇ ਹਵਾਈ ਜਹਾਜ਼ ਹੋਣ ਚਾਹੇ ਉਹ ਮਕਾਨ ਹੋਣ ਕੰਸਟਰਕਸ਼ਨ ਹੋਣ ਕੋਈ ਵੀ ਐਸਾ ਕੰਮ ਆ ਜਿਹੜਾ ਉਹ ਸਾਰਾ ਮਜ਼ਦੂਰਾਂ ਦੇ ਮੋਢਿਆਂ 'ਤੇ ਹੀ ਸਾਰਿਆ ਦੋਸਤੋ ਮਜ਼ਦੂਰਾਂ ਨੂੰ ਰਾਹਤ ਦੇਣ ਵਾਸਤੇ ਇਹਨਾਂ ਦੇ ਹੱਕਾਂ ਵਾਸਤੇ ਸੈਂਕੜੇ ਕਾਨੂੰਨ ਬਣੇ ਪਰ ਮੈਂ ਗੱਲ ਕਰਾਂਗਾ ਕਿ ਇੱਕ UNO ਦੇ ਵਿੱਚ ਯੂਨੀਵਰਸਲ ਡਿਕਲਰੇਸ਼ਨ ਹਿਊਮਨ ਰਾਈਟਸ 1948 ਜਿਹੜੀ ਸੀ ਉਹਦੇ ਵਿੱਚ ਇੱਕ ਰੈਗੂਲੇਸ਼ਨ ਪਾਸ ਕੀਤਾ ਗਿਆ ਇਹਦੇ ਆਰਟੀਕਲ 24 ਦੇ ਵਿੱਚ ਲਿਖਿਆ ਗਿਆ ਕਿ ਹਰ ਆਦਮੀ ਨੂੰ ਇਹ ਅਧਿਕਾਰ ਹੈ ਕਿ ਉਹ ਆਰਾਮ ਕਰੇ ਔਰ ਉਹਦੇ ਜਿਹੜੇ ਮਜ਼ਦੂਰੀ ਦੇ ਘੰਟੇ ਫਿਕਸ ਹੋਣ ਔਰ ਉਹਨੂੰ ਜਿਹੜੀਆਂ ਨੇ ਰੀਜ਼ਨੇਬਲ ਉਹਨੂੰ ਰੇਟਸ ਮਿਲਣ ਔਰ ਰੀਜ਼ਨੇਬਲ ਸਮਾਂ ਜਿਹੜਾ ਉਹਦਾ ਪੈ ਹੋ ਔਰ ਉਹਨੂੰ ਵਿਦ ਸੈਲਰੀ ਔਰ ਵਿਦ ਬੈਨੀਫਿਟ ਜਿਹੜੇ ਆ ਉਹ ਹਫ਼ਤਾਵਾਰੀ ਜਿਹੜੀਆਂ ਛੁੱਟੀਆਂ ਹੈਗੀਆਂ ਨੇ ਉਹ ਦਿੱਤੀਆਂ ਜਾਣ ਚਾਹੇ ਉਹ ਗਜ਼ਟਡ ਸਰਕਾਰੀ ਛੁੱਟੀਆਂ ਨੇ ਚਾਹੇ ਔਰ ਉਹਦੇ ਮਜ਼ਦੂਰੀ ਦੀ ਜਗ੍ਹਾ ਜਿਹੜੀ ਹੈਗੀ ਆ ਜਾਂ ਉਹਦੇ ਰਹਿਣ ਦੀ ਜਗ੍ਹਾ ਉਹਦਾ ਇੱਕ ਪੂਰਨ ਹਿਊਮੈਨਟੇਰੀਅਨ ਗਰਾਊਂਡ ਦੇ ਉੱਤੇ ਪੂਰਾ ਚੰਗਾ ਪ੍ਰਬੰਧ ਹੋਣਾ ਚਾਹੀਦਾ ਇਹ ਆਰਟੀਕਲ 14 ਯੂਨੀਵਰਸਲ ਡਿਕਲਾਰੇਸ਼ਨ ਆਫ ਹਿਊਮਨ ਰਾਈਟਸ 1948 ਦੋਸਤੋ ਮਜ਼ਦੂਰ ਸੰਘਰਸ਼ ਵਾਸਤੇ ਬਹੁਤ ਸਾਰੀਆਂ ਆਰਗਨਾਈਜੇਸ਼ਨ ਕੰਮ ਵੀ ਕਰਦੀਆਂ ਨੇ ਔਰ ਕਰਦੀਆਂ ਵੀ ਰਹੀਆਂ ਨੇ ਪਰ ਬਹੁਤ ਕੁਰਬਾਨੀਆਂ ਵੀ ਕੀਤੀਆਂ ਲੇਕਿਨ ਮੈਨੂੰ ਦੁੱਖ ਨਾਲ ਕਹਿਣਾ ਪੈ ਰਿਹਾ ਕਿ ਮਜ਼ਦੂਰ ਦੀ ਹਾਲਾਤ ਜਿਹੜੇ ਨੇ ਅੱਜ ਬਹੁਤ ਜ਼ਿਆਦਾ ਅਗਨਾਉਂਦੇ ਨੇ ਮੈਂ ਪੰਜਾਬ ਦੀ ਗੱਲ ਕਰਾਂ ਕਿ ਪੰਜਾਬ ਦੇ ਵਿੱਚ ਜਿਹੜੇ ਅੰਕੜਿਆਂ ਦੇ ਹਿਸਾਬ ਦੇ ਨਾਲ 4 ਲੱਖ ਦੇ ਕਰੀਬ ਅਤੇ ਬੰਧਵਾ ਮਜ਼ਦੂਰ ਬਾਕੀ ਮਜ਼ਦੂਰਾਂ ਦੇ ਵੱਖ ਵੱਖ ਅੰਕੜੇ ਨੇ ਜਿਹੜੇ ਕੋਈ ਇੰਡਸਟਰੀ ਦੇ ਨਾਲ ਰਿਲੇਟਡ ਨੇ ਜਾਂ ਕੋਈ ਹੋਰ ਕੰਸਟਰਕਸ਼ਨ ਦੇ ਨਾਲ ਰਿਲੇਟਡ ਨੇ ਜਾਂ ਕੋਈ ਹੋਰ ਡਿਪਾਰਟਮੈਂਟਸ ਦੇ ਨਾਲ ਰਿਲੇਟਡ ਜਿਹੜੀ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ ਮੈਂ ਤੁਹਾਡੇ ਨਾਲ ਸਿਰਫ ਭੱਠਿਆਂ ਦੀ ਔਰ ਐਗਰੀਕਲਚਰ ਬਾਉਂਡਰੀ ਲੈਵਲ ਦੀ ਗੱਲ ਕਰ ਰਿਹਾ ਸੋ ਦੋਸਤੋ ਉਹਦੇ ਵਿੱਚ ਪੰਜਾਬ ਦੇ ਵਿੱਚ ਲੁਧਿਆਣੇ ਦੇ ਹਾਲਾਤ ਜਿਹੜੇ ਨੇ ਉਹ ਹੋਰ ਵੀ ਬਦਤਰ ਔਰ ਇੱਥੇ ਤਕਰੀਬਨ ਪੰਜਾਬ ਦੇ ਵਿੱਚੋਂ 50% ਮਜ਼ਦੂਰ ਜਿਹੜਾ ਇੱਥੇ ਚਾਹੇ ਉਹ ਇੰਡਸਟਰੀ ਦੀ ਗੱਲ ਕਰ ਲੈਂਦੇ ਚਾਹੇ ਕੰਸਟਰਕਸ਼ਨ ਦੀ ਗੱਲ ਕਰ ਲੈਂਦੇ ਚਾਹੇ ਕੋਈ ਹੋਰ ਤਰੀਕੇ ਦੀ ਗੱਲ ਕਰ ਲੈਂਦੇ ਔਰ ਇਹਨਾਂ ਦੇ ਹਾਲਾਤ ਇੰਨੇ ਨੋਰਮਲ ਨੇ ਲੁਧਿਆਣੇ ਦੇ ਵਿੱਚ ਮੈਂ ਦੇਖ ਰਿਹਾ ਕਿ ਇਹਨਾਂ ਦਾ ਕੋਈ ਵੀ ਮਨੁੱਖੀ ਅਧਿਕਾਰ ਜਿਹੜਾ ਉਹ ਸੁਰੱਖਿਅਤ ਇਹਨਾਂ ਦੇ ਰਹਿਣ ਦਾ ਪ੍ਰਬੰਧ ਕੋਈ ਨਹੀਂ ਹੈ ਇਹਨਾਂ ਦੇ ਟਾਈਮ ਦਾ ਪ੍ਰਬੰਧ ਕੋਈ ਨਹੀਂ ਹੈ ਇਹਨਾਂ ਦੇ ਖਾਣ ਪੀਣ ਦਾ ਪ੍ਰਬੰਧ ਕੋਈ ਨਹੀਂ ਹੈ ਔਰ ਇਹਨਾਂ ਦੇ ਕੋਈ ਜਿਹੜੇ ਲਾਈਫ ਲਿਬਰਟੀ ਦਾ ਕੋਈ ਪ੍ਰਬੰਧ ਹੈ ਔਰ ਬਹੁਤ ਜ਼ਿਆਦਾ ਐਬਨੋਰਮਲ ਸਥਿਤੀ ਹਰ ਸਾਲ ਸੈਂਕੜੇ ਮਜ਼ਦੂਰ ਜਿਹੜੇ ਨੇ ਉਹ ਅਫੈਕਟਡ ਹੁੰਦੇ ਨੇ ਚਾਹੇ ਆਪਣੇ ਹੈਜੇ ਦੀ ਗੱਲ ਕਰ ਲੈਂਦੇ ਹਾਂ ਚਾਹੇ ਹੋਰ ਬਿਮਾਰੀਆਂ ਦੇ ਨਾਲ ਹਰ ਸਾਲ ਇਸੇ ਤਰੀਕੇ ਨਾਲ ਫੈਲਦਾ ਇਹਨਾਂ ਦੇ ਰਿਹਾਇਸ਼ੀ ਜਿਹੜੇ ਆ ਵਿਹੜੇ ਵਗੈਰਾ ਬਣੇ ਹੋਏ ਨੇ ਉਹਨਾਂ ਦਾ ਇੰਨਾ ਬੁਰਾ ਹਾਲ ਹੈ ਕਿ ਉਹ ਉੱਥੇ ਕੀ ਹੈ ਇਨਸਾਨ 'ਤੇ ਕੀ ਹੈ ਕੋਈ ਜਾਨਵਰ ਵੀ ਰਹਿਣ ਦੇ ਕਾਬਲ ਨਹੀਂ ਹੈ
ਔਰ ਹਰ ਸਾਲ ਬਿਮਾਰੀਆਂ ਫੈਲਦੀਆਂ ਨੇ ਹਰ ਸਾਲ ਸਮੱਸਿਆ ਆਉਂਦੀਆਂ ਨੇ ਔਰ ਪ੍ਰਸ਼ਾਸਨ ਨੂੰ ਪਤਾ ਹੈ ਇਸ ਚੀਜ਼ ਨੂੰ ਉਸ ਟਾਈਮ ਟੀਮਾਂ ਵੀ ਭੇਜੀਆਂ ਜਾਂਦੀਆਂ ਨੇ ਸਭ ਕੁਛ ਹੁੰਦਾ ਹੁਣ ਆਉਣ ਵਾਲਾ ਜਿਹੜਾ ਗਰਮੀ ਤੋਂ ਬਾਅਦ ਜਿਹੜਾ ਬਰਸਾਤ ਦਾ ਮੌਸਮ ਆਉਣਾ ਉਹਦੇ ਵਿੱਚ ਇਹ ਚੀਜ਼ਾਂ ਵਾਪਰਨੀਆਂ ਨੇ ਔਰ ਦੇਖਿਓ ਫਿਰ ਇਹਨਾਂ ਨੇ ਟੀਮਾਂ ਭੇਜ ਦਿੱਤੀਆਂ ਜੀ ਇਹਨਾਂ ਦੇ ਲੇਕਿਨ ਪਰਮਾਨੈਂਟ ਇਲਾਜ ਕੋਈ ਸੋ ਦੋਸਤੋ ਅੱਜ ਦੇ ਇਸ ਮੌਕੇ ਦੇ ਉੱਤੇ ਸਾਡੇ ਸਾਰੇ ਲੋਕਾਂ ਨੂੰ ਇਹ ਗੱਲ ਸੋਚਣ ਦੀ ਵਾਸਤੇ ਜ਼ਰੂਰੀ ਹੈ ਕਿ ਇਹ ਜਿਹੜੀ ਮਜ਼ਦੂਰ ਦੇ ਜਿਹੜੇ ਅਧਿਕਾਰ ਨੇ ਉਹਨਾਂ ਨੂੰ ਪ੍ਰੋਟੈਕਟ ਕਿਵੇਂ ਕਿ ਸਰਕਾਰੀ ਕਾਨੂੰਨਾਂ ਦੇ ਮੁਤਾਬਕ ਅੰਤਰਰਾਸ਼ਟਰੀ ਕਾਨੂੰਨ ਨੇ ਚਾਹੇ ਉਹ ਰਾਸ਼ਟਰੀ ਕਾਨੂੰਨ ਨੇ ਉਹਨਾਂ ਦੇ ਮੁਤਾਬਕ ਤਾਂ ਜਿਹੜੇ ਜਾਨਵਰ ਨੇ ਚਾਹੇ ਖੱਚਰ ਆ ਚਾਹੇ ਡੌਂਕੀ ਹੈ ਚਾਹੇ ਹੋਰ ਵੀ ਜਾਨਵਰ ਨੇ ਉਹਨਾਂ ਦੇ ਵੀ ਘੰਟੇ ਫਿਕਸ ਨੇ ਲੇਕਿਨ ਇਨਸਾਨ ਦੇ ਘੰਟੇ ਫਿਕਸ ਨਹੀਂ ਹੈ ਉਹਨਾਂ ਦੇ ਖਾਣ ਪੀਣ ਦਾ ਪ੍ਰਬੰਧ ਫਿਕਸ ਨਹੀਂ ਹੈ ਉਹਨਾਂ ਦੇ ਰਹਿਣ ਦਾ ਪ੍ਰਬੰਧ ਤਰੀਕੇ ਨਾਲ ਨਹੀਂ ਹੈ ਮਤਲਬ ਜਾਨਵਰਾਂ ਦੇ ਕਾਨੂੰਨ ਤਾਂ ਜਾਨਵਰਾਂ ਨੂੰ ਕਹਿੰਦਾ ਹੈਗਾ ਲੇਕਿਨ ਉਹ ਜਿਹੜਾ ਇਨਸਾਨਾਂ ਵਾਸਤੇ ਕਾਨੂੰਨ ਹੈ ਉਹ ਵੀ ਇੰਪਲੀਮੈਂਟ ਸੋ ਦੋਸਤੋ ਮੈਂ ਤੁਹਾਡੇ ਨਾਲ ਇੱਕ ਵਾਰ ਵਾਰ ਗੱਲ ਕਰਦਾ ਵੀ ਰਹਿੰਦਾ ਔਰ ਗੱਲ ਮੈਂ ਕਰਨੀ ਵੀ ਚਾਹਾਂਗਾ ਕਿਉਂਕਿ ਮਜ਼ਦੂਰਾਂ ਨੂੰ ਇਨਸਾਫ ਦੇਣ ਵਾਸਤੇ ਮਸ਼ੀਨਰੀਆਂ ਸਰਕਾਰੀ ਮਸ਼ੀਨਰੀਆਂ ਨੇ ਲੇਬਰ ਡਿਪਾਰਟਮੈਂਟ ਹੈਗੀ ਆ ਔਰ ਸਿਵਲ ਡਿਪਾਰਟਮੈਂਟ ਹੈਗੀ ਆ ਪੁਲਿਸ ਪ੍ਰਸ਼ਾਸਨ ਔਰ ਜਿਹੜੀ ਚਾਈਲਡ ਲੇਬਰ ਦੀ ਗੱਲ ਕਰ ਲੈਂਦੇ ਹਾਂ ਜਾਂ ਹੋਰ ਵੀ ਕਈ ਕਈ ਸੰਸਥਾਵਾਂ ਨੇ ਜਿਹੜੀਆਂ ਮਤਲਬ ਇਹ ਕਿ ਡਿਪਾਰਟਮੈਂਟ ਨੇ ਲੇਕਿਨ ਉਹਦੇ ਨਾਲ ਨਾਲ ਜਿਹੜੀ ਪੁਲਿਸ ਔਰ ਸਿਵਲ ਪ੍ਰਸ਼ਾਸਨ ਹੈ ਬਿਲਕੁਲ ਰਿਲੇਟਡ ਹੈ ਕਿਉਂਕਿ ਬਾਊਂਡਰ ਲੇਬਰ ਦਾ ਜਿਹੜਾ ਜ਼ਿਆਦਾਤਰ ਕੰਮ ਹੈ ਉਹ ਸਿਵਲ ਪ੍ਰਸ਼ਾਸਨ ਨਾਲ ਰਿਲੇਟਡ ਔਰ ਇਹ ਤਿੰਨ ਹੀ ਇੰਪੋਰਟੈਂਟ ਜਿਹੜੇ ਨੇ ਡਿਪਾਰਟਮੈਂਟਸ ਜਿਹੜੀਆਂ ਲੇਬਰ ਦੇ ਨਾਲ ਉਹਨਾਂ ਦੇ ਵਿੱਚ ਸਭ ਮਹੱਤਵਪੂਰਨ ਤਾਂ ਸਾਰੇ ਡਿਪਾਰਟਮੈਂਟ ਨੇ ਲੇਕਿਨ ਸਭ ਤੋਂ ਜ਼ਿਆਦਾ ਮਹੱਤਵਪੂਰਨ ਡਿਪਾਰਟਮੈਂਟ ਜਿਹੜਾ ਉਹ ਪੁਲਿਸ ਡਿਪਾਰਟਮੈਂਟ ਕਿਉਂਕਿ ਲੇਬਰ ਡਿਪਾਰਟਮੈਂਟ ਔਰ ਜਿਹੜਾ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਹੈਗੀ ਹੈ ਸਿਵਲ ਪ੍ਰਸ਼ਾਸਨ ਹੈਗਾ ਉਹ ਆਪਣਾ ਡਿਊਟੀ ਕਰਕੇ ਬਾਕੀ ਜੋ ਜੋ ਇੰਪਲੀਮੈਂਟੇਸ਼ਨ ਹੁੰਦੀ ਹੈ ਜਾਂ ਜਾਂ ਜਿਹੜੀਆਂ ਕੋਈ ਜਿਹੜੀ ਕਾਨੂੰਨੀ ਘੋਖ ਕਰਨੀ ਹੁੰਦੀ ਹੈ ਇਨਵੈਸਟੀਗੇਸ਼ਨ ਹੁੰਦੀ ਸਾਰੇ ਪੁਲਿਸ ਦੇ ਨਾਲ FIR ਦਰਜ ਕਰਨੀਆਂ ਜਾਂ ਇਸ ਤਰੀਕੇ ਦੀਆਂ ਜਿਹੜੀਆਂ ਉਹ ਸਾਰੀਆਂ ਪੁਲਿਸ ਦੇ ਸੋ ਦੋਸਤੋ ਮੈਂ ਪਹਿਲਾਂ ਵੀ ਇਹ ਗੱਲ ਤੁਹਾਡੇ ਨਾਲ ਕੀਤੀ ਸੀ ਕਿ ਜਿਸ ਡਿਪਾਰਟਮੈਂਟ ਦੇ ਕੋਲ ਕਿ ਪੁਲਿਸ ਡਿਪਾਰਟਮੈਂਟ ਦਾ ਜਿਹੜਾ ਰੋਲ ਹੈ ਉਹ ਬਹੁਤ ਇੰਪੋਰਟੈਂਟ ਹੈ ਸਿਰਫ ਲੇਬਰ ਮਾਮਲਿਆਂ 'ਚ ਨਹੀਂ ਹਰ ਫੀਲਡ ਦੇ ਵਿੱਚ ਹਰ ਫੀਲਡ ਦੇ ਵਿੱਚ ਇੱਕ ਤੋਂ ਲੈ ਕੇ 100 ਤੱਕ ਇਹ ਤੋਂ ਲੈ ਕੇ ਜੈਡ ਤੱਕ ਜਿਹੜਾ ਉਹ ਸਾਰਾ ਜਿਹੜਾ ਚੀਜ਼ ਹੈਗੀ ਹੈ ਸਾਰਾ ਡਿਪਾਰਟਮੈਂਟ ਨੇ ਸਾਰਾ ਜਿਹੜੀ ਦੇਸ਼ ਦਾ ਪ੍ਰਸ਼ਾਸਨ ਹੈ ਚਾਹੇ ਉਹ ਜੁਡੀਸ਼ੀਅਲ ਸਿਸਟਮ ਦਾ ਚਾਹੇ ਉਹ ਸਿਵਲ ਸਿਸਟਮ ਦਾ ਚਾਹੇ ਉਹ ਕਿਸੇ ਵੀ ਸਿਸਟਮ ਦਾ ਹੈਗਾ ਉਹ ਸਾਰਾ ਰਿਲੇਟਡ ਪੁਲਿਸ ਦੇ ਨਾਲ ਚਾਹੇ ਕੋਈ ਵੀ ਹੈਲਥ ਦਾ ਇਹ ਉਹ ਜੋ ਵੀ ਹੈ ਡਿਪਾਰਟਮੈਂਟ ਪੁਲਿਸ ਸੋ ਦੋਸਤੋ ਮੈਂ ਜਿਹੜੀ ਗੱਲ ਨੂੰ ਫਿਰ ਮੈਂ ਦੁਹਰਾਵਾਂਗਾ ਕਿ ਜਿਹੜੀ ਜਿਹੜੀ ਪੁਲਿਸ ਦਾ ਕੰਮ ਹੈਗਾ ਉਹ ਮੈਂ ਪਹਿਲਾਂ ਜਿਹੜੀ ਗੱਲ ਕਹੀ ਸੀ ਉਹ ਇਹ ਕਹੀ ਸੀਗੀ ਕਿ ਜਿੰਨਾ ਚਿਰ ਆਦਮੀ ਖੁਦ ਪੂਰੇ ਰਿਲੈਕਸ ਮਾਇੰਡ ਦੇ ਵਿੱਚ ਨਹੀਂ ਹੈ ਔਰ ਪੂਰੇ ਦਿਮਾਗੀ ਤੌਰ ਦੇ ਉੱਤੇ ਉਹ ਤਿਆਰ ਨਹੀਂ ਹੈ ਉਹਨਾਂ ਚਿਰ ਉਹ ਜਸਟਿਸ ਨਹੀਂ ਦੇ ਸਕਦਾ ਸੋ ਦੋਸਤੋ ਮੈਂ ਬਿਲਕੁਲ ਫਰੈਂਕਲੀ ਗੱਲ ਕਰਾਂਗਾ ਚਾਹੇ ਇਹ ਗੱਲ ਕਿਸੇ ਨੂੰ ਚੰਗੀ ਲੱਗੇ ਚਾਹੇ ਬੁਰੀ ਲੱਗੇ ਮੈਂ ਇੱਕ ਗੱਲ ਤੁਹਾਡੇ ਨਾਲ ਸ਼ੇਅਰ ਕਰਾਂਗਾ ਉਹ ਇਹ ਕਰਾਂਗਾ ਕਿ ਜਿਹੜੇ ਪੁਲਿਸ ਦੇ ਡਿਊਟੀ ਆਵਰਸ ਨੇ ਉਹ ਬਿਲਕੁਲ ਫਿਕਸ ਨਹੀਂ ਇਹਨਾਂ ਦੀ 24 ਘੰਟੇ ਔਰ 24 ਘੰਟੇ ਦੀ ਡਿਊਟੀ ਦੇ ਨਾਲ ਜਿਹੜੀ ਇਹਨਾਂ ਦੀ ਰਿਟਰਨ ਹੈ ਉਹ 0 ਹੈ ਕੋਈ ਇਹਨਾਂ ਦਾ ਓਵਰ ਟਾਈਮ ਨਹੀਂ ਹੈ ਕੋਈ ਇਹਨਾਂ ਦੇ ਕੰਮ ਕਰਨ ਦਾ ਜਿੱਥੇ ਬੈਠ ਕੇ ਕੰਮ ਕਰਦੇ ਨੇ ਉਹ ਲੇਅਰ ਜਿਹੜੀ ਹੈ ਉਹ ਰਿਲੈਕਸੇਸ਼ਨ ਜਿਹੜੀ ਹੈ ਉਹ ਸਥਾਨ ਨਹੀਂ ਹੈਗੇ ਔਰ ਤੀਸਰੀ ਇਹਨਾਂ ਦੇ ਉੱਤੇ ਜ਼ਿਆਦਾ ਸਟ੍ਰੈਸ ਹੈ ਕਿ ਐਕਚੁਅਲੀ ਇਹ ਬਾਊਂਡਡ ਚਾਹੇ ਉਹ ਪੋਲੀਟੀਕਲ ਸਿਸਟਮ ਦੇ ਬਾਊਂਡ ਨੇ ਚਾਹੇ ਸੀਨੀਅਰਿਟੀ ਦੇ ਬਾਊਂਡ ਔਰ ਖਾਸ ਕਰਕੇ ਜਿਹੜੇ ਲੋਅਰ ਰੈਂਕ ਨੇ ਉਹਨਾਂ ਦਾ ਬਹੁਤ ਹੀ ਬੁਰਾ ਮੈਂ ਅਕਸਰ ਮੇਰਾ ਇਹਨਾਂ ਦੇ ਨਾਲ ਵਾਹ ਪੈਂਦਾ ਰਹਿੰਦਾ ਮੈਂ ਦੇਖਦਾ ਕਿ ਇਹਨਾਂ ਦੇ ਹਾਲਾਤ ਇੰਨੇ ਨੋਰਮਲ ਨੇ ਕਈ ਵਾਰੀ ਮੈਨੂੰ ਦੱਸਿਆ ਜਾਂਦਾ ਕਿ ਜੀ ਤੁਸੀਂ ਸਵੇਰੇ 11 ਵਜੇ ਸਾਡੇ ਉੱਥੇ ਥਾਣੇ ਆ ਜਾਓ ਆਪਾਂ ਇਸ ਚੀਜ਼ ਨੂੰ ਮੈਟਰ ਨੂੰ ਡਿਸਕਸ ਕਰਾਂਗੇ ਇਨਵੈਸਟੀਗੇਟ ਕਰਾਂਗੇ ਜਦੋਂ 11 ਵਜੇ ਇਹਨਾਂ ਨੂੰ ਪੁੱਛਿਆ ਜਾਂਦਾ ਤਾਂ ਉਹ ਕੋਈ ASI ਜਾਂ ਸਬ ਇੰਸਪੈਕਟਰ ਜਿਹੜੇ ਹੁੰਦੇ ਨੇ ਜਾਂ ਕੋਈ ਹੈੱਡ ਕਾਂਸਟੇਬਲ ਵਗੈਰਾ ਉਹ ਕਹਿੰਦੇ ਵੀ ਇਹ ਤਾਂ ਹਾਈ ਕੋਰਟ ਆ ਗਿਆ
ਇਹਨਾਂ ਨੂੰ ਇਹ ਨਹੀਂ ਪਤਾ ਹੈਗਾ ਕਿ ਸਾਡੀ ਡਿਊਟੀ ਕਿੱਥੇ ਹੈ, ਇਹਨਾਂ ਨੂੰ ਇਹ ਨਹੀਂ ਪਤਾ ਹੈਗਾ ਕਿ ਕਿੱਥੇ ਸਾਨੂੰ ਭੇਜਿਆ ਜਾਣਾ, ਔਰ ਇਹਨਾਂ ਨੂੰ ਇਹ ਨਹੀਂ ਪਤਾ ਕਿ ਸਾਡੀ ਡਿਊਟੀ ਕਿੰਨੇ ਘੰਟੇ ਹੈਗੀ। ਔਰ ਜਦੋਂ ਇਸ ਲੈਵਲ 'ਤੇ ਔਰ ਜ਼ਿੰਮੇਵਾਰੀ ਇਹਨਾਂ ਕੋਲ ਐਡੀ ਵੱਡੀ ਹੈਗੀ ਹੈ ਕਿ ਇਹਨਾਂ ਨੂੰ ਇੱਕ ਕਲਮ ਵੀ ਦਿੱਤੀ ਜਾਂਦੀ ਹੈ ਕਿ ਤੁਸੀਂ ਕਦੋਂ ਇਨਵੈਸਟੀਗੇਸ਼ਨ ਵੀ ਕਰਨੀ ਹੈ, ਔਰ ਸੈਕੰਡਲੀ ਤੁਸੀਂ FIR ਵੀ ਕੱਟਣੀ ਹੈ, ਔਰ ਤੀਸਰਾ ਤੁਸੀਂ ਜਸਟਿਸ ਵੀ ਦੇਣਾ ਹੈਗਾ, ਔਰ ਨਾਲ ਤੁਸੀਂ ਇਹਦੀ ਇਹਨੂੰ ਇਹਨੂੰ ਡਾਂਗ ਵੀ ਦਿੱਤੀ ਹੋਈ ਹੈ ਕਿ ਤੁਸੀਂ ਅਗਰ ਕੋਈ ਨਹੀਂ ਮੰਨਦਾ ਤਾਂ ਤੁਸੀਂ ਇਨਵੈਸਟੀਗੇਸ਼ਨ ਇਸ ਤਰੀਕੇ ਦੇ ਨਾਲ ਵੀ ਕਰਨੀ। ਕਿੱਡੀ ਵੱਡੀ ਜ਼ਿੰਮੇਵਾਰੀ ਹੈ, ਔਰ ਉਹਨਾਂ ਦੇ ਡਿਊਟੀ ਆਵਰਸ ਨਹੀਂ ਹੈ, ਫਿਕਸ ਨਹੀਂ ਹੈਗੀ, ਉਹਨਾਂ ਨੂੰ ਦਿਮਾਗੀ ਤੌਰ 'ਤੇ ਉਹਨਾਂ ਦੀ ਕੋਈ ਰੈਸਟ ਨਹੀਂ। ਔਰ ਤੁਸੀਂ ਕਿਵੇਂ ਇਮੈਜਿਨ ਕਰੋਗੇ ਕਿ ਇਹ ਡਿਪਾਰਟਮੈਂਟ ਜਿਹੜੀ ਹੈ ਜਾਂ ਇਸ ਮਾਹੌਲ ਦੇ ਵਿੱਚ ਜਿਹੜਾ ਹੈਗਾ ਉਹ ਲੋਕਾਂ ਨੂੰ ਜਸਟਿਸ ਮਿਲੂ। ਸੋ ਦੋਸਤੋ, ਮੈਂ ਲੰਬੀ ਗੱਲ ਦੇ ਵਿੱਚ ਨਹੀਂ ਜਾਣਾ ਚਾਹੁੰਦਾ, ਮੈਂ ਤੁਹਾਨੂੰ ਇਹ ਗੱਲ ਕਹਿਣੀ ਚਾਹੁੰਦਾ, ਮੈਂ ਇਹ ਨਹੀਂ ਹੈ ਮੈਂ ਪੱਖ ਪੁਲਿਸ ਦਾ ਲੈ ਰਿਹਾ, ਮੈਂ ਪੱਖ ਸਰਵ ਮਾਨਵਤਾ ਦਾ ਲੈ ਰਿਹਾ, ਮੈਂ ਪੱਖ ਸਮੁੱਚੀ ਦੇਸ਼ ਦਾ ਲੈ ਰਿਹਾ, ਸਮੁੱਚੇ ਸਿਸਟਮ ਦਾ ਲੈ ਰਿਹਾ। ਉਹ ਇਸ ਕਰਕੇ ਲੈ ਰਿਹਾ ਕਿ ਦੇਖੋ, ਅਗਰ ਅਸੀਂ ਜਸਟਿਸ ਚਾਹੁੰਦੇ, ਅਗਰ ਅਸੀਂ ਸਹੀ ਇਨਸਾਫ ਚਾਹੁੰਦੇ, ਤੇ ਸਾਨੂੰ ਖਾਸ ਕਰਕੇ ਜਿਹੜੀ ਪੁਲਿਸ ਡਿਪਾਰਟਮੈਂਟ ਆ ਇਹਦੇ ਡਿਊਟੀ ਆਵਰ ਜਿਹੜੇ ਨੇ ਉਹ ਫਿਕਸ ਕਰਨੇ, ਔਰ ਇਹਨਾਂ ਨੂੰ ਪਤਾ ਹੋਣਾ ਚਾਹੀਦਾ ਸਾਡੀ ਡਿਊਟੀ ਕਿਹੜੀ। ਸੈਕੰਡਲੀ, ਇਹਨਾਂ ਨੂੰ ਇਹਨਾਂ ਦੇ ਘਰ ਦੇ ਵਿੱਚ ਇਹਨਾਂ ਨੂੰ ਟਾਈਮ ਡਿਵੋਟ ਕਰਨ ਲਈ ਇਹਨਾਂ ਨੂੰ ਸਮਾਂ ਹੋਣਾ ਚਾਹੀਦਾ। ਅਗਰ ਕੋਈ ਐਮਰਜੈਂਸੀ, ਅਗਰ ਕੋਈ ਐਸੀ ਗੱਲ ਹੁੰਦੀ ਹੈ ਕਿ ਇਹਨਾਂ ਨੂੰ 8 ਘੰਟੇ ਤੋਂ ਉੱਪਰ ਡਿਊਟੀ ਦਿੱਤੀ ਜਾਂਦੀ ਹੈ, ਤਾਂ ਉਹਦਾ ਰਿਟਰਨ, ਉਹਦਾ ਮਿਹਨਤ ਨਾਲ ਇਹਨਾਂ ਨੂੰ ਮਿਲਣਾ ਚਾਹੀਦਾ, ਜਿਸ ਤਰੀਕੇ ਦੇ ਨਾਲ ਹੋਰ ਡਿਪਾਰਟਮੈਂਟਸ ਨੂੰ ਮਿਲਦਾ ਕਿ ਅਸੀਂ ਜਦੋਂ ਓਵਰ ਟਾਈਮ ਲਾਉਂਦੇ ਉਹਦਾ ਡਬਲ ਸਾਨੂੰ ਰੇਟ ਮਿਲਦਾ, ਜੇ ਡਬਲ ਨਹੀਂ ਹੈ ਤਾਂ ਉਹਨਾਂ ਨੂੰ ਸਿੰਗਲ ਹੀ ਸਹੀ, ਲੇਕਿਨ ਉਹਨਾਂ ਨੂੰ ਉਹ ਮਿਹਨਤਾਨਾ ਜ਼ਰੂਰ ਮਿਲਣਾ ਚਾਹੀਦਾ। ਔਰ ਸਭ ਤੋਂ ਵੱਡੀ ਗੱਲ ਹੈ ਕਿ ਇਹਨਾਂ ਦੀ 8 ਘੰਟੇ ਤੋਂ ਉੱਪਰ ਇਹਨਾਂ ਕੋਲ ਡਿਊਟੀ ਨਹੀਂ ਲਈ ਜਾਣੀ ਚਾਹੀਦੀ। ਉਹਦਾ ਕਾਰਨ ਇਹ ਹੈ ਕਿ ਇਹਨਾਂ ਦੀ ਡਿਊਟੀ ਬਹੁਤ ਇੰਪੋਰਟੈਂਟ ਹੈ, ਔਰ ਸਿੱਧੀ ਉਹ ਪਬਲਿਕ ਨਾਲ ਲਿੰਕ, ਹਿਊਮਨ ਰਾਈਟਸ ਦੇ ਨਾਲ ਲਿੰਕ। ਅਤੇ ਅਗਰ ਅਸੀਂ ਇਹਨਾਂ ਲੋਕਾਂ ਨੂੰ, ਅਸੀਂ ਇਸ ਡਿਪਾਰਟਮੈਂਟ ਨੂੰ ਪੂਰਨ ਤੌਰ 'ਤੇ ਇਸ ਤਰੀਕੇ ਦੇ ਨਾਲ ਅਸੀਂ ਇਹਨਾਂ ਨੂੰ ਨਹੀਂ ਕਰਾਂਗੇ, ਇਹਦੇ 'ਚ ਸੁਧਾਰ ਕਰਾਂਗੇ, ਤਾਂ ਅਸੀਂ ਜਸਟਿਸ ਨਹੀਂ ਕਰ ਸਕਦੇ। ਸੋ ਦੋਸਤੋ, ਅੱਜ ਇਸ ਦਿਵਸ ਦੇ ਉੱਤੇ, ਮਜ਼ਦੂਰ ਦਿਵਸ ਦੇ ਉੱਤੇ, ਮੈਂ ਤੁਹਾਨੂੰ ਇਹ ਆਹਵਾਨ ਕਰਨਾ ਚਾਹੁੰਦਾ ਕਿ ਜਿੱਥੇ ਅਸੀਂ ਮਜ਼ਦੂਰ ਆਪਣੇ ਹੱਕਾਂ ਲਈ ਲੜਨ ਦੀ ਤਿਆਰੀ ਕਰ ਰਹੇ ਹਾਂ, ਹੱਕਾਂ ਲਈ ਲੜ ਰਹੇ ਹਾਂ, ਉੱਥੇ ਨਾਲ ਅਸੀਂ ਆਪਾਂ ਇਸ ਸਿਸਟਮ ਵਿੱਚ ਵੀ ਸੁਧਾਰ ਕਰੀਏ, ਕਿਉਂਕਿ ਇਹ ਜਿਹੜੀ ਪੁਲਿਸ ਡਿਪਾਰਟਮੈਂਟ ਹੈਗੀ ਹੈ, ਇਹ ਡਿਸਿਪਲਿਨ ਫੋਰਸ ਹੈਗੀ ਹੈ, ਇਹ ਆਪ 'ਤੇ ਆਵਾਜ਼ ਜਿਹੜੀ ਆ ਉਹ ਉਠਾਏਗੀ, ਅਤੇ ਨੈਚੁਰਲ ਉਹਨਾਂ ਦੇ ਉੱਤੇ ਉਹਨਾਂ ਨੂੰ ਕਈ ਚੱਕਰਾਂ ਦਾ ਸਾਹਮਣਾ ਕਰਨਾ ਪਏਗਾ, ਲੇਕਿਨ ਇਹ ਇੱਕ ਆਮ ਆਹਵਾਨ, ਚਾਹੇ ਉਹ ਮਜ਼ਦੂਰ ਹੈ, ਚਾਹੇ ਉਹ ਟ੍ਰੇਡਰ ਹੈ, ਚਾਹੇ ਉਹ ਕੈਪੀਟਲਿਸਟ ਹੈ, ਚਾਹੇ ਉਹ ਮੀਡੀਅਰ ਹੈ, ਚਾਹੇ ਕੋਈ ਵੀ ਆਦਮੀ ਹੈਗੇ, ਉਹਨਾਂ ਸਾਰਿਆਂ ਨੂੰ ਇਸ ਗੱਲ ਦਾ ਆਹਵਾਨ ਕਰਨਾ ਪਊਗਾ ਕਿ ਅਸੀਂ ਕਮ ਸੇ ਕਮ ਇਹ ਡਿਪਾਰਟਮੈਂਟ ਨੂੰ ਜਿਹੜੀ, ਇੱਕ ਤਾਂ ਇਹਨਾਂ ਦੀ ਜਿਹੜੀ ਬਾਊਂਡਡ ਹੈਗੀ ਆ ਪੋਲੀਟੀਕਲ ਸਿਸਟਮ ਦੀ, ਔਰ ਸੈਕੰਡਲੀ ਇਹਨਾਂ ਦੇ ਡਿਊਟੀ ਆਵਰਸ, ਤਾਂ ਕਿ ਇਹ ਰਿਲੈਕਸ ਹੋ ਕੇ ਲੋਕਾਂ ਨੂੰ ਇਨਸਾਫ ਦੇ ਸਕਣ। ਇਸੇ ਤਰੀਕੇ ਦੇ ਨਾਲ ਸਾਡੀ ਲੇਬਰ ਨੂੰ ਜਾਂ ਹੋਰ ਲੋਕਾਂ ਨੂੰ ਇਨਸਾਫ ਮਿਲੂਗਾ। ਸੋ ਮੈਂ ਫਿਰ ਵਧਾਈ ਦਿੰਦਾ ਇਸ ਮੌਕੇ ਦੇ ਉੱਤੇ, ਔਰ ਮੈਂ ਐਲਾਨ ਵੀ ਕਰਦਾ ਕਿ ਸਾਰੇ ਮਜ਼ਦੂਰਾਂ ਨੂੰ ਆਪਣੇ ਹੱਕਾਂ ਵਾਸਤੇ ਇਕੱਠੇ ਹੋਵੋ, ਔਰ ਸਾਡੀ ਸੰਸਥਾ ਜਸਟਿਸ ਫੋਰ ਪੂਅਰ ਐਂਡ ਨੀਡੀ ਪੀਪਲ ਜਿਹੜੀ ਆ ਦਿਨ ਰਾਤ ਮਜ਼ਦੂਰਾਂ ਵਾਸਤੇ ਕੰਮ ਕਰਦੀ ਹੈ, ਔਰ ਅਸੀਂ ਦਿਨ ਰਾਤ ਤਿਆਰ ਹਾਂ ਕਿਸੇ ਵੀ ਕੰਮ ਵਾਸਤੇ। ਉਹ ਸਾਨੂੰ ਯਾਦ ਕਰੋ, ਫਿਰ ਮੈਂ ਮੁਬਾਰਕਬਾਦ ਬਸ।